ਪਰਮਾਤਮਾ ਪਾਸੋਂ ਦਿਨਿਆ ਵੀ ਅਖਾਣ ਪ੍ਰਕਰਨ ਸੁਣ ਖੁਣ ਕੇ ਆਪ ਜੀ ਨੰਦ ਮਾਣ ਚੁੱਕੇ ਹੋ। ਜੋ ਦਾਸ ਨੂੰ ਹੁਕਮ ਹੋਇਆ ਲੜੀਵਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਕੁਛ ਸਮੇਂ ਤੋਂ ਲੈ ਕੇ ਰੁਕੀ ਰਹੀ ਹੈ, ਉਸ ਨੂੰ ਫੇਰ ਆਰੰਭ ਕੀਤਾ ਜਾਵੇ ਔਰ ਲੜੀਵਾਰ ਵਿਚ ਲੜੀ ਪਰੋਤੀ ਜਾਵੇ, ਚਲਦੀ ਰਹੇ ਤਾਂ ਹੀ ਆਨੰਦ ਆਉਂਦਾ ਹੈ। ਦਾਸ ਨੇ ਆ ਕੇ ਨਿਗਾਹ ਮਾਰੀ, ਦੇਖਿਆ ਕਿ ਪਿੱਛੇ ਪ੍ਰਸੰਗ ਕਿਹੜਾ ਹੋ ਚੁੱਕਿਆ ਹੈ, ਅੱਗੇ ਆਉਣ ਵਾਲਾ ਪ੍ਰਸੰਗ ਸਮਾਂ ਕਿਹੜਾ ਹੈ। ਉਸ ਦੀ ਵਿਚਾਰ ਕੀਤੀ, ਪਿਛਲੇ ਸਮੇਂ ਵਿਚ ਰਾਜੇ ਬਿਸ਼ਨ ਸਿੰਘ ਨੂੰ ਜੋ ਔਰੰਗਜ਼ੇਬ ਨੇ ਸੋ ਅਸ਼ਾਮ ਦੇਸ਼ ਦੇ ਰਾਜੇ ਨੂੰ ਸਰ ਕਰਨ ਵਾਸਤੇ ਭੇਜਿਆ ਸੀ, ਜਿੱਥੇ ਬੜਾ ਭਾਰੀ ਜਾਦੂ ਤੇ ਟੂਣਿਆਂ ਦਾ ਜ਼ੋਰ ਸੀ, ਉਹ ਰਾਜੇ ਨੇ ਭਰੀ ਸਭਾ ਵਿਚ ਬੀੜਾ ਚੁੱਕ ਲਿਆ, ਹਾਂ ਕਰ ਦਿੱਤੀ, ਪਰ ਮਨ ਵਿਚ ਬੜਾ ਡਰਿਆ। ਘਰਦਿਆਂ ਨੇ, ਪਰਿਵਾਰ ਨੇ, ਹੋਰਨਾਂ ਵੀ ਕਈਆਂ ਡਰਾਇਆ ਕਿ ਵੱਡੇ ਵੱਡੇ ਤੇਰੇ ਵੱਡੇ ਤੇ ਹੋਰ ਕਈ ਉਸ ਦੇਸ਼ ਨੂੰ ਜਿੱਤਣ ਵਾਸਤੇ ਗਏ ਨੇ, ਪਰ ਉਹ ਜਿੱਤਿਆ ਨਹੀਂ ਗਿਆ, ਹਰੀ ਹਰ ਹੋ ਗਏ। ਜਾਦੂ ਟੂਣਿਆਂ ਦਾ ਬੜਾ ਭਾਰੀ ਉਸ ਥਾਂ ਤੇ ਜ਼ੋਰ ਹੈ, ਤੂੰ ਜਿਉਂਦਾ ਨਹੀਂ ਮੁੜ ਸਕੇਗਾ, ਵਿਰਲੇ ਵਿਰਲੇ ਹੀ ਹੋ ਸਕਦੇ ਨੇ। ਸੋ ਜਿਹੜੇ ਮਹਾਤਮਾ ਪੁੱਗੀਆਂ ਆਤਮਾ ਹੋਣ, ਬ੍ਰਹਮ ਗਿਆਨੀ ਹੋਣ ਜਾਂ ਸੂਰਮੇ ਹੋਣ, ਰਣ ਦੇਖ ਸੂਰੇ ਚਿੱਤ ਉਲਾਸ, ਨਹੀਂ ਤੇ ਹਰ ਇਕ ਦੇ ਮਨ ਵਿਚ ਵੀ ਡਰ ਪੈਦਾ ਹੋ ਜਾਂਦਾ ਹੈ। ਉਸ ਮੌਕਾ ਫਿਰ ਸਲਿਆਣ ਸਿਆਣਿਆਂ ਦੇ ਸਲਾਹ ਦੇਣ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ, ਕਾਲ ਪੁਰਖ ਦੀ ਜੋਤ, ਤਿੰਨਾਂ ਦੀ ਗੱਦੀ ਜਗ ਦੀ ਜੋਤ, ਨਾਵੇਂ ਸਰੂ ਮਹਾਰਾਜ ਸਾਹਿਬ ਸੁਭਾਏਮਾਨ ਹਨ। ਜੇ ਤੂੰ ਉਨ੍ਹਾਂ ਦੀ ਸ਼ਰਨ ਗ੍ਰਹਿਣ ਕਰ ਲਵੇਂ ਫੇਰ ਤੇਰਾ ਵਾਲ ਵਿੰਗਾ ਨਹੀਂ। ਬਾਣੀ ਦੀਆਂ ਪੰਕਤੀਆਂ ਅਨੁਸਾਰ ਵਿਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਸਾਹਿਨ ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਹਨ ਵਿਚਾਰ, ਸ਼ਾਹਿਨ ਸ਼ਕੇ ਤੇ ਸ਼ਾਹੇ ਕੋ ਨੇਫਲ ਜਾਤ ਗਵਾਰ, ਸ਼ਾਹੇ ਪਰਛਾਵੇਂ ਵੱਲ ਵੀ ਕੁਛ ਹੋ ਨਹੀਂ ਸਕਦਾ। ਇਕ ਵੀ ਸਰੀਰ ਦਾ ਰੋਮ ਕੋਈ ਵਿੱਗਾ ਨਹੀਂ ਕਰ ਸਕਦਾ, ਜੇ ਸੱਜਣ ਰੱਖਣ ਵਾਲਾ ਪਰਮੇਸ਼ਰ ਰੱਖਣ ਵਾਲਾ ਹੋਵੇ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੀ ਉਥੇ ਤੇਰੀ ਰੱਖ ਗਰੀ ਉਧਰ ਵਾਹੇ। ਜੇ ਉਸ ਕਾਲ ਪੁਰਖ ਦੀ ਜੋਤ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ, ਨਾਵੇਂ ਸਰੂਪ ਦੀ ਸ਼ਰਨ ਗ੍ਰਹਿਣ ਕਰ ਲਵੇ ਫੇਰ ਤੇਰੀ ਜਿੱਤ ਹੋ ਸਕਦੀ ਹੈ, ਤੇਰਾ ਰੋਮ ਵਿੰਗਾ ਨਹੀਂ ਹੋਵੇਗਾ। ਇਹ ਸਲਾਹ ਮਸ਼ਵਰੇ ਨੂੰ ਲੈ ਕੇ ਉਹ ਡਰਿਆ ਹੋਇਆ ਰਾਜਾ ਗੁਰੂ ਸ਼ਰਣੀ ਆ ਕੇ ਪਿਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਨ੍ਹਾਂ ਦੇ ਸਹਾਇਕ ਬਣੇ, ਜੋ ਉਹ ਫੌਜਾਂ ਤੇ ਲਸ਼ਕਰ ਲੈ ਕੇ ਸ਼ਾਮ ਦੇਸ ਨੂੰ ਜਿੱਤਣ ਵਾਸਤੇ ਗਿਆ ਸੀ। ਰਾਜ ਭਾਗ ਵੱਲ ਧਿਆਨ ਮਾਰੀਏ ਤੇ ਸਰਯੁਗ ਤੋਂ ਲੈ ਕੇ ਕਿੜੇਸ਼ ਦਾ ਘਰ ਬਣੇ ਰਹੇ ਨੇ। ਪਾਣੀ ਤਾਂ ਹਜ਼ੂਰ ਨੇ ਲਿਖਿਆ ਕਿ ਸਗਲ ਸੀਟ ਕੋ ਰਾਜਾ ਦੁਖੀਆ, ਕੋ ਬਿਰਲੇ ਬਿਰਲੇ ਮਹਾਤਮਾ ਰਾਜੇ ਹੋਏ ਨੇ ਬਹੁਤ ਥੋੜੀ ਗਿਣਤੀ ਚ, ਬਹੁਤ ਭਾਰੀ ਕਲੇਸ਼ ਦਾ ਕਾਰਨ ਹੀ ਬਣਦੇ ਰਹੇ ਨੇ। ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ ਕੁਛ ਪਿਛਲੀ ਬੰਦਗੀ ਹੋਵੇ, ਕੁਛ ਦਾਨ ਪੁੰਨ ਹੋਵੇ। ਸਾਹਿਬ ਵਾਲੀ ਬਾਣੀ ਦੀ ਗਵਾਹੀ ਹੈ ਕਿ ਦਾਨ ਪਰਾ ਪੂਰਬੇਣ ਪੂਝੰਤੇ ਮਹੀ ਪਤੇ ਵਿਪਰੀਤ ਬੁੱਧੰਗ ਮਰੰਤ ਲੋਕ, ਨਾਨਕ ਚਿਰੰਕਾਲ ਦੁੱਖ ਭੋਗਤੇ। ਗੁਰੂ ਅਰਜਨ ਸਾਹਿਬ ਜੀ ਦੀ ਰਸਦਾ ਸੰਸਕ੍ਰਿਤੀ ਸਲੋਕ ਹੈ ਜੀ। ਇਹ ਰਾਜੇ ਮਹਾਰਾਜੇ ਕਿਵੇਂ ਬਣਦੇ? ਇਹਨਾਂ ਦਾਨ ਪੁੰਨ ਕੀਤਾ ਹੁੰਦਾ ਪਰਾਪੂਰ ਬੇਣ, ਪਿਛਲੇ ਪਿਛਲੇਰੇ ਜਨਮਾਂ ਚ ਕੋਈ ਜਪ ਤਪ ਸਾਧਨ ਕੀਤਾ ਹੁੰਦਾ ਹੈ, ਤਾਂ ਮਹੀ ਧਰਤੀ ਦੇ ਪਤੀ ਰਾਜੇ ਮਹਾਰਾਜੇ ਇਹ ਬਣਦੇ ਨੇ। ਜਦੋਂ ਰਾਜੇ ਮਹਾਰਾਜੇ ਬਣ ਜਾਂਦੇ ਆ ਤੇ ਕਮਾਈ ਆਪ ਤੇ ਕੋਈ ਕਰਦੇ ਨੀ, ਪਰਗਾ ਦਾ ਭਾਵ ਲੱਗਾ ਹੋਇਆ ਟੈਕਸ ਦੇ ਜੀ ਆ ਆਦਿਕ ਇਕੱਠਾ ਕਰ ਕਰਕੇ ਭਾਵ ਪੂੰਛ ਭੋਗਦੇ ਨੇ, ਆਨੰਦ ਮਾਣਦੇ ਨੇ, ਪਦਾਰਥਾਂ ਨੂੰ ਖਾਂਦੇ ਨੇ। ਫੇਰ ਵਿਪਰੀਤ ਬੁੱਧੀ ਹੋ ਜਾਂਦੀ ਹੈ, ਮਾਇਆ ਧਾਰਿਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋਲ ਘਟੋਲਾ ਦੀ ਹਾਲਾਤ ਬਣ ਜਾਂਦੀ ਹੈ। ਫੇਰ ਇਹ ਗਰੀਬਾਂ ਨੂੰ ਮਾਰਦੇ ਨੇ ਤੇ ਚਿਰੰਕਾਲ ਫੇਰ ਦੁੱਖ ਭੋਗਦੇ, 84 ਭੋਗਦੇ ਨੇ। ਤੇ ਅੱਜ ਤੱਕ ਰਾਜਾ ਕੋਈ ਰਾਜ ਕਰਕੇ ਰੱਜਿਆ ਵੀ ਮੈਨੂੰ ਹੋਰ ਰਾਜ ਦੀ ਲੋੜ ਨੀ, ਹੋਰ ਰਾਜ ਮੈਨੂੰ ਨਾ ਮਿਲੇ। ਜਿਹੜੀ ਚੌਧਰ ਵਡਿਆਈ ਮਿਲ ਗਈ ਉਹਦੇ ਤੇ ਸੰਤੋਖ ਨਹੀਂ, ਤ੍ਰਿਪਤੀ ਨਹੀਂ, ਗਾਹਾਂ ਤੋਂ ਗਾਹਾਂ ਹੀ ਹੱਥ ਮਾਰਦੇ ਰਹੇ। ਸਾਹਿਬ ਦੇ ਬਾਣੀ ਦੇ ਫੈਸਲੇ ਨੇ, ਮਾਰੂ ਮਿਹੀ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਸੋ ਮਾਰੂ ਥਲ ਜਿਹੜਾ ਹੋਵੇ, ਉੱਚਾ ਟਿੱਬਾ ਮੋਟੀ ਰੇਤ ਹੋਵੇ, ਉਹ ਤ੍ਰਿਪਤ ਨੀ, ਸਰ ਨਹੀਂ ਹੁੰਦੀ, ਸਰ ਸਬਜ ਨਹੀਂ ਹੁੰਦੀ। ਜਿੰਨੀ ਮਰਜ਼ੀ ਇਹ ਬਾਰਿਸ਼ ਪਈ ਜਾਵੇ, ਉਹਦੇ ਵਿਚ ਜਲ ਪਾਣੀ ਗਿਣ ਵਗੀ ਜਾਂਦਾ ਹੈ, ਉਥੇ ਟਿਕਦਾ ਨਹੀਂ। ਇਹੋ ਜਿਹੀ ਹਾਲਾਤ ਉਹਨਾਂ ਟਿੱਬਿਆਂ ਦੀ ਹੁੰਦੀ ਹੈ। ਸੋ ਮਾਰੂ ਮੀਂਹ ਨਾ ਤ੍ਰਿਪਤੇ, ਅੱਗੀ ਲਹੇ ਨਾ ਭੁੱਖ,
जे कोई चाहे कि मैं अग्नि की भुख वेख सकदा है कि किन्नी कि भला साड़ सकती है लकड़ा जा होर वस्तुआं नूं खा सकती है जिन्नी उहदे च पाई जाओ होर मची जाओ अग की भुख भी नहीं मिटदी। सो राजा राज ना तृप्त अग्गी लहे ना भुख मारू मीह ना तृप्त अग्गी लहे ना भुख राजा राज ना तृप्तिया। राजा राज कर करके तृप्त नहीं हुंदा। आ भी राज मेरे विच मिल जावे इधरला राज भी मेरे विच मिल जावे लंबी आजू मेरी हो जावे ते समुंदरां नूं भी कदे किसे ने नहीं भरिया किन्ने नदियां ते वाहा नाले आदिक 999 किन्नी नदी समुंदर च पैंदी है ते कदे भरिया नहीं भी मेरे च होर पानी ना पवे। इस प्रकार परमेश्वर दे प्यारे महात्मा संत भगत जिन्हां नूं कहा जांदा ओह भी नहीं रजदे इस वस्तु तो नहीं रजदे। इको एक वस्तु है परमेश्वर दा नाम। सो अमृत नाम नारायण नानक पीवतंग संत ना तृप्यते। बाणी दी पंक्ति ओ तृप्त नहीं हुंदे कि बाणी होर नहीं पढ़नी नाम होर नहीं जपना कहिंदे नहीं होर पढ़ लईए होर जप लईए होर कर लईए होर सुन लईए। महात्मा केवल इको ही वस्तु आ जिस तो रजदे नहीं बाकी दुनिया वलों रज जांदे आ मुंह मोड़ लैंदे सब नूं कूर दा बसारा समझ लैंदे ने। इस तरह परमेश्वर दे नाम दी किन्नी क पुछदे हो सिद्धो जनो होर दुनिया दे लोको इह गुरु नानक पातशाह महाराज साहब दे बचन ने। उन्हां पंक्तियां अनुसार औरंगजेब जतन कर रहा है कि शाम देश जादूगरां दा देश उथों दा राज भी मेरे अधीन हो जावे तां राजे नूं भेजिया ते डरे हुए राजे ने शरण ग्रहण कीती। धन गुरु तेग बहादुर पातशाह महाराज साहब जी दी तुसी कृपा करो मेरे नाल चलो हजूर सच्चे पातशाह इस परोपकारी नूं मुख रखदे होए चले गए। उस मौका सारा परिवार परणे पहुंचा होया है क्यों कलगीधर महाराज साहब दे वचना अनुसार मोरपित पूर्व की आस पयाना भांत भांत के तीर्थ नहाना जब ही जातर बेणी भये पुन दान दिन करत बतय तही प्रकाश हमारा भयो पटना शहर विखे भव लयो। इस प्रकार हजूर उस दे भाव इलाके नु समय नु गए हुए ने ते धन गुरु तेग बहादुर पातशाह बच्चा बाल करे होने वाला नवे इलाके च गए ने परिवार नु छड के परोपकारी हित रख के बहुतियां दा भला रख के खून खराबे तो बचाउण वास्ते कोई लालच नहीं कोई तनखाह माया नहीं लैणी कोई होर अपनी जित दी कोई भाव एहो जी नहीं खून खराबियां तो बचाउण लई दोवें तरां दा भला करन वास्ते महाराज साहब जी नाल गए हन। पिछे ही बाल घर गुरु गोबिंद सिंह महाराज साहब जी दा अवतार होया पिछों ही सुनेहा मिलिया ते उत्थे खुशियां मना लईयां कि नानक पातशाह दी गद्दी दे वारस कल पुरख दी जोत प्रगट होए ने। इस पक्ष चों आप जी जल्दी नहीं मुड़े कि घरे बच्चा होण वाला जां जावा ही ना जां जल्दी मुड़िया वा नहीं किन्ना समा किन्ने साल उस थां ते बतीत करवा दिते। ओह राजा जिहनूं अपने जादू टूणियां दे माण सी जादूगरनियां कामरू देश दियां उसने भेजियां कई धोबणां ते होर कई रुख उडाउंदी को ढोल वजाउंदी को मूंह जवाक कढ़दी होई जदों चली आई पर गुरु साहिब सच्चे पातशाह महाराज साहिब जी दे नाम अगे बाणी जोत अगे सब नूं गोडे टेकणे पैंदे रहे उत्थे हार हुंदी रही जड़ हो जांदियां रहियां। इस प्रकार फिर ओ राजा देवी दा उपाशक सी उसने देवी दी आराधना कीती कि तू मेरी सहायता कर। देवी ने भी प्रगट होके आवाज दे के दर्शन दे के ए कहा सी कि सामने त्रिलोकी दे तिना लोकां दे मालक आप काल पुरख दी जोत सामने ने उथे मेरा विवाह भेजनी जांदी ते नहीं होर किसे देवी देवते दी जानी ते नहीं किसे भूत प्रेत दी जानी इथे वाह किसे जादूगर टूने कामने दी नहीं जानी जे राजा तू भला चाहना ते जाके शरणी पै जा। फिर राजा आके गुरु साहब ने शरणी चरणी पिया महाराज साहब दोवां राजिया की सुलाह करवाई हद बन्ना उन्हां दा वंड दिता गांह दा झगड़ा मुका दिता। उस राजे दे होर भी मन विच मंग सी कि मेरे घर पुत्र नहीं महाराज साहब कृपा करो पुत्र दी दात बख्शो ते महाराज साहब अपनी छाप मोहर ओदे पट ते ला के कहा सी तेरे घर बच्चा पुत्र पैदा होऊ ए साडी मोहर दी निशानी ओदे मत्थे ते होवेगी। सो इस प्रकार फिर रतन राय प्रगट होया सी जेड़ा सियाणा होण तों निशानी वेख के अपने मां प्यो दे पुछण तों
फिर साहब गुरु गोबिंद सिंह महाराज साहब के दरबार विच प्रसादी हाथी इत आदिक होर पंज कला शैतर होर वस्तुआं लैके हाजिर होया सी। इह रतन राय उस राजे दा पुत्र सी। ਇਹ ਪ੍ਰਸੰਗ ਪਿੱਛੇ ਗੁਰੂ ਪਿਆਰਿਓ ਆ ਚੁੱਕਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਪ੍ਰਗਟ ਹੋਣਾ ਤੇ ਬਾਲਕ ਅਵਸਥਾ ਦੇ ਚੋਜ ਕੀ ਖਣਸ਼ਾ ਦਾ ਚੱਲ ਕੇ ਜਾਣਾ ਵੀ ਪ੍ਰਸੰਗ ਪਿੱਛੇ ਆ ਚੁੱਕਿਆ ਹੈ, ਕਿਉਂਕਿ ਜਿਹੜੀ ਲੜੀ ਚੱਲਦੀ ਹੋਵੇ ਪਿਛੋਕੜ ਦਾ ਵੀ ਥੋੜਾ ਜਿਹਾ ਪਤਾ ਹੋਵੇ ਕਿੱਥੋਂ ਆਈ ਹੈ ਕਿੱਥੇ ਪਹੁੰਚੀ ਹੈ ਕਿੱਧਰ ਨੂੰ ਅੱਗੇ ਇਤਿਹਾਸ ਦੀ ਲੜੀ ਸਾਡੀ ਜਾ ਰਹੀ ਹੈ। ਭਾਵੇਂ ਇਤਿਹਾਸ ਬੰਦਿਆਂ ਦਾ ਤੇ ਵਿਦਵਾਨਾਂ ਦਾ ਲਿਖਿਆ ਹੋਇਆ ਗੁਰੂ ਘਰ ਦਾ ਇਤਿਹਾਸ ਸੋਨੇ ਵਰਗਾ ਹੈ ਤੇ ਯਾਦ ਰੱਖੋ ਸੋਨੇ ਚ ਕਦੇ ਰਲ ਗੱਢ ਵੀ ਕੋਈ ਪਾ ਦਿੰਦਾ ਸੋਨਾ ਇੱਕ ਸਮਾਨ ਨਹੀਂ ਹੁੰਦਾ ਕੋਈ 18 ਦਾ ਕੋਈ 20 ਦਾ ਕੋਈ 24 ਦਾ ਇਸ ਪ੍ਰਕਾਰ ਇਹ ਮੰਨਦੇ ਨੇ ਜੇ ਰਲ ਗੱਢ ਪਿਆ ਵੀ ਹੋਵੇ ਤੇ ਗੁਰਬਾਣੀ ਕਸਵੱਟੀ ਇਹਦੇ ਨਾਲ ਪਰਖ ਲਿਆ ਜਾਂਦਾ ਸੋ ਖਰਾ ਭਾਵ ਕਰ ਲਿਆ ਜਾਂਦਾ ਇਸ ਤਰ੍ਹਾਂ ਜਾਣਨਾ ਕਰੋ ਭਾਵੇਂ ਦੁਨੀਆਂ ਦੇ ਹੋਰ ਬਿੰਦ ਇਤਿਹਾਸ ਨੇ ਗੁਰੂ ਕਾ ਇਤਿਹਾਸ ਵੀ ਇਹੋ ਜਿਹਾ ਪਰ ਜੋ ਛਿੱਕੇਬੰਦ ਗੁਰੂ ਕੀ ਬਾਣੀ ਹੈ ਉਹ ਦੁਨੀਆਂ ਤੇ ਹੋਰ ਕੋਈ ਵਸਤੂ ਨਹੀਂ ਇਹਦੇ ਤੇ ਬਹੁਤਾ ਯਕੀਨ ਤੇ ਬਹੁਤਾ ਭਰੋਸਾ ਰੱਖਣਾ ਜ਼ਰੂਰੀ ਹੈ। ਕਦੇ ਕਈਆਂ ਨੇ ਇਤਿਹਾਸ ਚ ਕਈ ਕੁਛ ਰਲ ਗੱਢ ਪਾਏ ਹੋਏ ਵੀ ਨੇ ਕੋਈ ਗੱਲ ਛੱਡੀ ਵੀ ਜਾ ਸਕਦੀ ਹੈ ਕੁਝ ਕੋਲ ਹੋਰ ਵੀ ਆਉਣ ਵਾਲੇ ਸਮੇਂ ਚ ਪਾਏ ਸਕਦੀ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਪ੍ਰਗਟ ਹੋਣਾ ਛੇਵੇਂ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕੀਰਤਨਪੁਰ ਸਾਹਿਬ ਆਪ ਜੀ ਸਜੇ ਸਨ ਆਪ ਦੇ ਮਹਿਲ ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਤੇ ਆਪਣੀ ਨੂੰਹ ਗੁਜਰੀ ਨੂੰ ਲੈ ਕੇ ਪਤੀ ਦੇਵ ਦੇ ਚਰਨਾਂ ਚ ਹਾਜ਼ਰ ਹੋ ਕੇ ਦੋਵੇਂ ਹੱਥ ਜੋੜ ਕੇ ਸੀਸ ਨਵਾ ਕੇ ਬੇਨਤੀ ਕੀਤੀ ਸੀ ਜੇ ਤੁਹਾਡਾ ਛੋਟਾ ਸਾਹਿਬਜ਼ਾਦਾ ਹੈ ਤੇ ਬਹੁਤ ਹੀ ਕਿਸੇ ਨਾਲ ਵਾਕ ਵੀ ਨਹੀਂ ਰੱਖਦਾ ਨਾ ਬਹੁਤਾ ਬੋਲਦਾ ਨਾ ਬਹੁਤੀਆਂ ਚਲਾਕੀਆਂ ਵਿਖਾਉਂਦਾ ਭੋਲੇ ਭਾਲੇ ਸੁਭਾਅ ਦਾ ਹੈ ਤੁਸੀਂ ਕਿਰਪਾ ਕਰੋ ਗੁਰਤਾ ਗੱਦੀ ਤੁਸੀਂ ਪੋਤਰੇ ਨੂੰ ਦੇ ਚੁੱਕੇ ਹੋ ਇਹਦੇ ਵੀ ਕਿਰਪਾ ਕਰੋ। ਉਸ ਮੌਕਾ ਹਜ਼ੂਰ ਪ੍ਰਸੰਨਤਾ ਵਿਚ ਆਏ ਹੱਥ ਸਾਫ਼ ਕਰ ਰਹੇ ਸਨ ਪ੍ਰਸ਼ਾਦਾ ਚੱਕਿਆ ਰੁਮਾਲ ਹੱਥ ਵਿਚ ਆਪਣੇ ਮਹਿਲ ਮਾਤਾ ਨਾਨਕੀ ਦੀ ਝੋਲੀ ਵਿਚ ਰੱਖ ਕੇ ਬਚਨ ਕੀਤਾ ਸੀ ਤੇਰਾ ਪੁੱਤਰ ਤੇਗ ਬਹਾਦਰ ਨੌਵੇਂ ਥਾਂ ਗੁਰੂ ਬਣੂ ਤੇ ਤੇਰੇ ਘਰ ਪੋਤਰਾ ਗੋਬਿੰਦ ਰਾਏ ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਣਗੇ ਤੂੰ ਉਨ੍ਹਾਂ ਦਾ ਸੁੱਖ ਵੀ ਵੇਖੇਗੀ। ਇਹ ਵਾਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਮਿਲਿਆ ਸੀ ਉਹ ਮਾਤਾ ਨਾਨਕੀ ਬੜੇ ਭਾਗਾਂ ਬੜੀ ਆਤਮਾ ਹੋਈ ਹੈ ਪੋਤਰਾ ਗੁਰੂ ਗੋਬਿੰਦ ਸਿੰਘ ਨਹੀਂ ਪੜੋਤੜੇ ਸਾਹਿਬਜ਼ਾਦੇ ਚਾਰੇ ਉਸ ਨੇ ਖੜਾਏ ਨੇ। ਫਿਰ ਜਦੋਂ ਮਹਾਰਾਜ ਸਾਹਿਬ ਸੰਚਾਰ ਕੀਤਾ ਉਸ ਮਾਤਾ ਨੇ ਅੰਮ੍ਰਿਤ ਵੀ ਛਕਿਆ ਬਿਰਧ ਮਾਤਾ ਨਾਨਕੀ ਨੇ। ਇਸ ਪ੍ਰਕਾਰ ਉਹ ਸਾਰਾ ਪਰਿਵਾਰ ਸੀ ਤੇ ਮਾਤਾ ਦੇ ਬੇਨਤੀ ਕਰਨ ਤੋਂ ਕਿ ਪੁੱਤਰ ਤੁਹਾਡੇ ਪਿਤਾ ਦਾ ਜੋ ਵਰ ਸੀ ਨੌਵੇਂ ਥਾਂ ਤੁਹਾਡੇ ਗੁਰੂ ਬਣਨ ਦਾ ਉਹ ਮੈਂ ਸੁੱਖ ਦੇਖ ਰਹੀ ਹਾਂ ਮੇਰੀ ਅਵਸਥਾ ਬਹੁਤ ਬਿਰਧ ਹੋ ਚੁੱਕੀ ਹੈ ਤੇ ਕਿਰਪਾ ਕਰੋ ਪੋਤਰੇ ਦਰਸ਼ਨ ਵੀ ਕਰਵਾਓ। ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਜੋ ਸਾਹਿਬੇ ਸਾਹਿਬਜ਼ਾਦੇ ਨਾਲ ਬਚਨ ਬਲਾਸ ਹੋ ਰਹੇ ਨੇ ਜਿਹੜਾ ਪੁੱਤਰ ਤੇਗ ਬਹਾਦਰ ਪਹਿਲੀ ਜ਼ਿੰਦਗੀ ਚ ਇੰਨਾ ਚਿਰ ਵਿਛੋੜਾ ਕਦੇ ਵੀ ਨਹੀਂ ਸੀ ਪਿਆ ਉਸ ਮੌਕਾ ਤੇ ਜ਼ਰੂਰ ਪਿਆ। ਜੇ ਗੁਰੂ ਸਾਹਿਬ ਨਾ ਜਾਂਦੇ ਤੇ ਸ਼ਾਮ ਦੇਸ਼ ਦੀ ਜਿੱਤ ਹੋਣੀ ਸੀ ਰਾਜੇ ਬਿਸ਼ਨ ਸਿੰਘ ਦੀ ਹਾਰ ਹੋਣੀ ਸੀ ਤੇ ਖੂਨ ਖਰਾਬੇ ਵੀ ਬਹੁਤ ਹੋਣੇ ਸੀ ਫੌਜਾਂ ਅਰਗ ਬਹੁਤ ਮਰਨੀਆਂ ਸੀ। ਇਹ ਮਹਾਰਾਜ ਸਾਹਿਬ ਨੇ ਪਰਵਕਾਰੀ ਕੀਤੀ ਵਿਰਲਿਆਂ ਵਿਰਲਿਆਂ ਦੇ ਹਿੱਸੇ ਪਰਵਕਾਰੀ ਆਈ ਹੈ ਹਰ ਇੱਕ ਦੇ ਨਹੀਂ ਆਪਣੇ ਸੁਖ ਰਾਮ ਛੱਡ ਕੇ ਦੋਨਾਂ ਦਾ ਭਲਾ ਕਰਨ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਗਏ ਨੇ। ਅਸ਼ਾਮ ਦੇਸ਼ ਤੋਂ ਜਦੋਂ ਆਪ ਜੀ ਵਾਪਸ ਹੋਏ ਨੇ ਇਸ ਪ੍ਰਸੰਗ ਵਿਚ ਉਹ ਮਹਾਰਾਜ ਸਾਹਿਬ ਦੇ ਰਾਜੇ ਬਿਸ਼ਨ ਸਿੰਘ ਦੇ ਵਾਪਸੀ ਆਉਣ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿਚੋਂ ਛੰਦਾਬੰਦੀ ਵਿਚ ਕਲਮ ਬੰਦ ਕੀਤਾ ਹੈ। ਆਪਾਂ ਤੁਸ਼ ਬੁੱਧੀ ਅਨੁਸਾਰ ਮਿਲ ਕੇ ਇਸ ਦੀ ਵਿਚਾਰ ਸਾਰੇ ਵੀਰ ਮਾਈ ਭਾਈ ਕਰੀਏ। ਕਵੀ ਸੰਤੋਖ ਸਿੰਘ ਜੀ ਕੀ ਬਖਸ਼ ਕਰਦੇ ਹਨ ਕੀ ਸੁਣਾਉਂਦੇ ਹਨ ਕਿਰਪਾ ਕਰਦੇ ਹਨ ਕਿਉਂਕਿ ਗੁਰੂ ਕਿਰਪਾ ਤੋਂ ਬਿਨਾਂ ਕਿਸੇ ਵਿਚ ਬਲ ਨਹੀਂ ਆਖਣ ਜ਼ੋਰ ਚੁੱਪੇ ਨਹਿ ਜ਼ੋਰ ਕੁਝ ਕਹਿਣ ਦਾ ਬਲ ਜ਼ੋਰ ਵੀ ਨਹੀਂ ਚੁੱਪ ਰਹਿਣ ਦਾ ਵੀ ਬਲ ਜ਼ੋਰ ਨਹੀਂ ਜਿਵੇਂ ਤੁਸਾਂ ਸਤੇ ਬਲਵੰਡੇ ਦੀ ਵਾਰ ਸਰਵਣ ਕੀਤੀ ਹੈ ਸਤੇ ਬਲਵੰਡੇ ਵਿਚ ਕੀ ਵਾਰ ਸੀ ਕੀ ਬਲ ਸੀ ਕੀ ਜ਼ੋਰ ਸੀ ਕਿ ਉਹ ਬਾਣੀ ਕਹਿ ਸਕਣ ਸਿਫਤ ਕਰ ਸਕਣ ਨਹੀਂ ਜਿਨ੍ਹਾਂ ਨੂੰ ਸਰਾਫ ਹੋਇਆ ਸੀ ਕੋੜ ਹੋ ਗਿਆ ਮੱਥੇ ਕੋਈ ਨਹੀਂ ਲਾਉਂਦਾ ਜਿਨ੍ਹਾਂ ਦੇ ਬੁੱਲ ਸੁੱਜੇ ਹੋਏ ਹੈ ਬੋਲ ਨਹੀਂ ਸਕਦੇ
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥਾਂ ਨਾਲ ਉਹਨਾਂ ਦੇ ਮੁਖ ਤੇ ਕਲਮ ਫੇਰ ਕੇ ਤੇ ਉਹਨਾਂ ਨੂੰ ਬਾਣੀ ਉਚਾਰਨ ਦੀ ਬਖਸ਼ ਕੋਲੋਂ ਕੀਤੀ। ਜਿਵੇਂ ਸੁੰਦਰ ਜੀ ਦਾ ਨਾਂ ਤੇ ਸਦਨਾਮੇ ਬਾਣੀ ਹੈ, ਬਾਤ ਕਹਾਣੀ ਸੁਣ ਕੇ ਬਖਸ਼ਿਸ਼ ਕੋਲੋਂ ਕੀਤੀ। ਜਿਵੇਂ ਭੱਟਾਂ ਦੇ ਸਵਈਏ ਨੇ, ਭੱਟ ਵੀ ਸਰਾਫੇ ਹੋਏ ਸਨ, ਭਾਵੇਂ ਵੇਦਾਂ ਦੇ ਅਵਤਾਰ ਤੇ ਬ੍ਰਹਮਾ ਦਾ ਅਵਤਾਰ ਭਿੱਖਾ ਮੰਨਿਆ, ਉਹਨਾਂ ਨੇ ਵੀ ਕਿਹਾ ਆਪਣਾ ਸਰਾਹ ਮਿੱਟਲੀ ਗੁਰੂ ਸਾਹਿਬ ਦੇ ਵੱਡੇ ਸਰੂਪਾਂ ਦੀ ਸਿਫਤ ਕਰੋ, ਕਿ ਸਾਨੂੰ ਤੁਸੀਂ ਦੱਸੋ ਕਿਰਪਾ ਕਰੋ ਕਿਵੇਂ ਕਰੀਏ। ਜਦੋਂ ਇਹ ਮੰਗ ਕੀਤੀ, ਜਿਹੜੇ ਭੱਟਾਂ ਦੇ ਸਵਈਏ ਰੱਬ ਹੁੰਦੀ ਹੈ, ਪਹਿਲੇ ਸਵਈਏ ਵੀ ਸ਼ਾਇਦ ਗਿਣਤੀ ਚ ਨੇ, ਉਹ ਗੁਰੂ ਅਰਜਨ ਸਾਹਿਬ ਜੀ ਨੇ ਆਪ ਉਚਾਰੇ ਤੇ ਉਹਨਾਂ ਨੂੰ ਜਾਚ ਦੱਸੀ ਇਸ ਤਰ੍ਹਾਂ ਕਰੋ, ਫਿਰ ਬਖਸ਼ ਕੀਤੀ। ਜਿੰਨਾ ਸਿਰ ਗੁਰੂ ਸਾਹਿਬਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਜਾਂ ਕਿਰਪਾ ਦ੍ਰਿਸ਼ਟੀ ਨਾ ਹੋਵੇ, ਕਿਸੇ ਵਿਚ ਕੋਈ ਬਲ ਨੀ ਕੁਝ ਕਹਿ ਸਕੇ ਜਾਂ ਚੁੱਪ ਰਹਿ ਸਕੇ ਜਾਂ ਕਿਸੇ ਨੂੰ ਕੁਝ ਦੇ ਸਕੇ ਜਾਂ ਕਿਸੇ ਪਾਸੋਂ ਕੁਝ ਕਰ ਸਕੇ ਜਾਂ ਲੈ ਸਕੇ, ਇਹ ਜਪਜੀ ਸਾਹਿਬ ਦੀ ਪੌੜੀ ਵਿਚੋਂ ਬਹੁਤ ਕੁਝ ਮਿਲ ਜਾਂਦਾ ਹੈ। ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਆਪਣੇ ਆਪ ਤੇ ਮਰ ਜਾਣ ਦਾ ਵੀ ਜੋਰ ਵੱਲ ਨੀ ਵੀ ਮੈਂ ਮਰ ਵੀ ਸਕਾਂ, ਮੌਤ ਵੀ ਮੰਗਿਆ ਨਹੀਂ ਆਉਂਦੀ। ਇਸ ਪ੍ਰਕਾਰ ਗੁਰੂ ਪਿਆਰਿਓ ਸਾਹਿਬ ਸੱਚੇ ਪਾਤਸ਼ਾਹ ਜੀ ਕਵੀ ਸੰਤੋਖ ਸਿੰਘ ਜੀ ਨੂੰ ਬਲ ਦੇ ਕੇ ਆਪਣੇ ਕੋਲੋਂ ਆਤਮ ਸ਼ੈਣੀ ਵਿਵੇਕ ਬੁੱਧੀ ਦੇ ਕੇ ਬਖਸ਼ ਕਰਕੇ ਇਤਿਹਾਸ ਲਿਖਵਾ ਰਹੇ ਨੇ। ਹੋ ਸਕਦੀਆਂ ਵਿਚ ਪੰਕਤੀਆਂ ਕੋਈ ਵੱਧ ਘੱਟ, ਸੋ ਇਹ ਰਹੋ ਵਿਚਾਰ, ਆਓ ਮਿਲ ਜੁਲ ਕੇ ਆਪਾਂ ਵਿਚਾਰ ਕਰੀਏ ਕਵੀ ਜੀ ਕੀ ਆਪਣੀ ਕਲਮ ਤੋਂ ਇਤਿਹਾਸ ਦਾ ਲੱਥਾ ਛੰਦਾਬੰਦੀ ਚ ਕਰ ਰਹੇ ਹਨ। ਜਿਹੜਾ ਸਿੱਖੀ ਮਤ ਵਿਚ ਪ੍ਰਮਾਣਿਕ ਇਤਿਹਾਸ ਬਹੁਤ ਥਾਈ ਜਿਸ ਦੀ ਕਥਾ ਵਿਚਾਰ ਚੱਲਦੀ ਹੈ, ਮਿਲ ਜੁਲ ਕੇ ਵਿਚਾਰ ਕਰੀਏ ਜੀ। ਦੋਹਰਾ ਉਤ ਤੇ ਸਾਹਿਬ ਸਤਿਗੁਰੂ ਤੇਗ ਬਹਾਦਰ।